प्यारे बच्चों जमात 5 विषय गणित ਵਿੱਚ ਆਪਾਂ ਅਭਿਆਸ ਇਹ ਤਿੰਨ ਕਰ ਰਹੇ ਹਾਂ ਬੱਚਿਓ ਹੁਣ ਤੱਕ ਤੁਸੀਂ ਸਵਾਲ ਨੰਬਰ 1 ਤੋਂ ਸਵਾਲ ਨੰਬਰ 23 ਤੱਕ ਸਵਾਲ ਹੱਲ ਕਰਨਾ ਸਿੱਖ ਚੁੱਕੇ ਹੋ ਬੱਚਿਓ ਅੱਜ ਆਪਾਂ ਸਵਾਲ ਨੰਬਰ 24 ਤੋਂ ਸਵਾਲ ਨੰਬਰ 27 ਤੱਕ ਸਾਰੇ ਸਵਾਲ ਹੱਲ ਕਰਨੇ ਸਿੱਖਾਂਗੇ ਚਲੋ ਫੇਰ ਸ਼ੁਰੂ ਕਰੀਏ ਸਵਾਲ ਨੰਬਰ 24 ਹੀਟਾਂ ਦਿੱਤੀਆਂ ਗੇਂਦਾਂ ਦੇ ਸਮੂਹ ਵਿੱਚੋਂ ਪਾ ਗੂੜਾ ਰੰਗਦਾਰ ਗੇਂਦਾਂ ਦੀ ਬਣਦੀ ਪਿੰਨ ਲਿਖੋ ਪਿਆਰੇ ਬੱਚਿਓ ਸਾਡੇ ਕੋਲ ਇੱਥੇ 11 ਗੇਂਦਾਂ ਹਨ ਜਿੰਨਾ ਵਿੱਚੋਂ 6 ਗੇਂਦਾਂ ਵਿੱਚ ਰੰਗ ਭਰਿਆ ਹੈ ਇਸ ਲਈ ਬੱਚਿਓ ਰੰਗਦਾਰ ਗੇਂਦਾਂ ਦੀ ਬਣਦੀ ਪਿੰਨ ਬਰਾਬਰ ਹੋਵੇਗੀ ਰੰਗਦਾਰ ਗੇਂਦਾਂ ਦੀ ਗਿਣਤੀ ਵਟਾ ਕੁੱਲ ਗੇਂਦਾਂ ਭਾਗ 6 ਵਟਾ 11 ਆਓ ਹੁਣ ਪਾਗ ਐੜਾ ਹੱਲ ਕਰਦੇ ਹਾਂ ਬਿਨਾਂ ਰੰਗਦਾਰ ਗੇਂਦਾਂ ਦੀ ਬਣਦੀ ਪਿੰਨ ਲਿਖੋ ਬੱਚਿਓ ਸਾਡੇ ਕੋਲ ਇੱਥੇ ਬਿਨਾ ਰੰਗਦਾਰ ਗਿੰਦਾਂ ਦੀ ਗਿਣਤੀ ਬਰਾਬਰ ਹੈ 5 ਇਸ ਲਈ ਬਿਨਾ ਰੰਗਦਾਰ ਗਿੰਦਾਂ ਦੀ ਪਾਂਦੀ ਪਿੰਨ ਬਰਾਬਰ ਹੋਵੇਗੀ ਬਿਨਾ ਰੰਗਦਾਰ ਗਿੰਦਾਂ ਦੀ ਗਿਣਤੀ ਕੁੱਲ ਗਿੰਦਾਂ ਭਾਗ 5/11 ਸਵਾਲ ਨੰਬਰ 25 ហេਠਾਂ ਦਿੱਤੀਆਂ ਗਈਆਂ ਸਬਜ਼ੀਆਂ ਤੇ ਵਸਤੂਆਂ ਦਾ ਭਾਰ ਲਿਖੋ ਬੱਚਿਓ ਭਾਗ ਊੜਾ ਵਿਚਲੀਆਂ ਸਬਜ਼ੀਆਂ ਦਾ ਭਾਰ 2 ਕਿਲੋਗ੍ਰਾਮ 200 ਗ੍ਰਾਮ ਤੇ 50 ਗ੍ਰਾਮ ਦੇ ਮਿਆਰੀ ਵਟਿਆਂ ਦੇ ਬਰਾਬਰ ਹੈ ਬੱਚਿਓ 200 ਗ੍ਰਾਮ ਚਮਾ 5 ਗ੍ਰਾਮ ਬਰਾਬਰ ਹੈ 250 ਗ੍ਰਾਮ ਇਸ ਲਈ ਇਸ ਸਬਜੀ ਦਾ ਭਾਰ ਬਰਾਬਰ ਹੈ 2 ਕਿਲੋਗ੍ਰਾਮ ਅਤੇ 250 ਗ੍ਰਾਮ ਬੱਚਿਓ ਭਾਗ ਐੜਾ ਵਿੱਚ ਦਿਖਾਈ ਸਬਜੀ ਦਾ ਭਾਰ 1 ਕਿਲੋਗ੍ਰਾਮ ਅਤੇ 500 ਗ੍ਰਾਮ ਦੇ ਮਿਆਰੀ ਵਟਿਆਂ ਦੇ ਬਰਾਬਰ ਹੈ ਭਾਅ 1 ਕਿਲੋਗ੍ਰਾਮ ਅਤੇ 500 ਗ੍ਰਾਮ ਬੱਚਿਓ ਭਾਗ ਈੜੀ ਵਿੱਚ ਲੀਆਂ ਇਨ੍ਹਾਂ ਕਿਤਾਬਾਂ ਦਾ ਭਾਰ 1 ਕਿਲੋਗ੍ਰam ਅਤੇ 50 ਗ੍ਰam ਦੇ ਮਿਆਰੀ ਵਟੀਆਂ ਦੇ ਬਰਾਬਰ ਹੈ ਤਾਂ ਇਨ੍ਹਾਂ ਕਿਤਾਬਾਂ ਦਾ ਭਾਰ ਕਿੰਨਾ ਹੋਇਆ 1 ਕਿਲੋਗ੍ਰam ਅਤੇ 50 ਗ੍ਰam ਬੱਚਿਓ 56 ਵਿਚ ਲੀਆਂ ਇਨ੍ਹਾਂ ਆਟੀ ਦੀਆਂ ਥੈਲੀਆਂ ਦਾ ਭਾਰ 2 ਕਿਲੋਗ੍ਰam 100 ਗ੍ਰam ਅਤੇ 50 ਗ੍ਰam ਦੇ ਮਿਆਰੀ ਵਟੀਆਂ ਦੇ ਬਰਾਬਰ ਹੈ ਬੱਚਿਓ 100 ਗ੍ਰam 50 ਗ੍ਰam ਬਰਾਬਰ ਹੈ 150 ਗ੍ਰam ਸੋ ਇਹਨਾਂ ਆਟੇ ਦੀਆਂ ਥੈਲੀਆਂ ਦਾ ਪਾਰ ਬਰਾਬਰ ਹੈ 2 ਕਿਲੋਗ੍ਰam ਅਤੇ 150 ਗ੍ਰam ਬੱਚਿਓ ਆਓ ਹੁਣ ਪਾਗ ਹਾ ਹਾ ਬਿਜਲੀ ਇਸ ਸਬਜੀ ਦਾ ਪਾਰ ਦੇਖੀਏ ਇਸ ਸਬਜੀ ਦਾ ਪਾਰ 2 ਕਿਲੋਗ੍ਰam ਅਤੇ 100 ਗ੍ਰam ਦੇ ਮਿਆਰੀ ਵਟਿਆਂ ਦੇ ਬਰਾਬਰ ਹੈ ਸੋ ਇਸ ਸਬਜੀ ਦਾ ਪਾਰ ਬਰਾਬਰ ਹੈ 2 ਕਿਲੋਗ੍ਰam ਅਤੇ 100 ਗ੍ਰam ਸਵਾਲ ਨੰਬਰ 26 ਹੈ ਦਿੱਤੀਆਂ ਆਇਤਾ ਦੁਆਰਾ ਘੇਰੇ ਕੇ वर्गों की गिनती करके हरेक आयत का क्षेत्रफल पता करो जेकर हरेक वर्ग की पूजा एक सेंटीमीटर उसका क्षेत्रफल एक वर्ग सेंटीमीटर हो आओ आयत ऊड़ा विचले वर्गों की गिनती देखिए की गिनती ती है बचो हरेक वर्ग की बराबर है एक सेंटीमीटर उसका क्षेत्रफल बराबर है एक वर्ग सेंटीमीटर ਇਸ ਆਇਤ ਵਿੱਚ ਵਰਗਾਂ ਦੀ ਕੁੱਲ ਗਿਣਤੀ 30 ਹੈ ਇਸ ਲਈ ਬੱਚਿਓ ਇਸ ਆਇਤ ਦਾ ਖੇਤਰਫਲ ਇਹਨਾਂ ਵਰਗਾਂ ਦੀ ਗਿਣਤੀ ਦੇ ਬਰਾਬਰ ਹੋਵੇਗਾ ਭਾਵ 30 ਵਰਗ ਸੈਂਟੀਮੀਟਰ ਬੱਚਿਓ ਹੁਣ ਐਡਾ ਆਇਤ ਵਿੱਚਲੇ ਵਰਗਾਂ ਦੀ ਸੰਖਿਆ ਦੇਖਦੇ ਹਾਂ ਇਸ ਵਿੱਚ 24 ਵਰਗ ਹਨ ਭਾਵ ਆਇਤ ਐਡਾ ਵਿੱਚ ਵਰਗਾਂ ਦੀ ਗਿਣਤੀ ਬਰਾਬਰ ਹੈ 24 ਬੱਚਿਓ ਹਰੇਕ ਵਰਗ ਦੀ ਪੂਜਾ 1 ਸੈਂਟੀਮੀਟਰ ਅਤੇ ਇਸ ਦਾ ਖੇਤਰਫਲ 1 ਵਰਗ ਸੈਂਟੀਮੀਟਰ ਹੈ ਇਸ ਆਇਤ ਦੇ ਵਿੱਚ ਵਰਗਾਂ ਦੀ ਕੁੱਲ ਗਿਣਤੀ ਬਰਾਬਰ ਹੈ 40 ਇਸ ਲਈ ਬੱਚਿਓ ਇਸ ਆਇਤ ਦਾ ਖੇਤਰਫਲ ਇਨ੍ਹਾਂ ਵਰਗਾਂ ਦੀ ਗਿਣਤੀ ਦੇ ਬਰਾਬਰ ਹੋਵੇਗਾ ਭਾਵ 24 ਵਰਗ ਸੈਂਟੀਮੀਟਰ ਸਵਾਲ ਨੰਬਰ 27 ਹੈ ਕਿ ਇਸ ਪਿੰਡ ਵਿੱਚ ਸਰਕਸ ਲੱਗੀ ਹੋਈ ਹੈ ਸੋਮਵਾਰ ਤੋਂ ਸ਼ੁੱਕਰਵਾਰ ਤੱਕ సర్కస్ ਦੇਖਣ ਆਏ ਬੱਚਿਆਂ ਦੀ ਗਿਣਤੀ ਚਿੱਤਰ ਗ੍ਰਾਫ ਦੁਆਰਾ ਦਰਸਾਈ ਗਈ ਹੈ। ਹੇਠਾਂ ਦਿੱਤੇ ਚਿੱਤਰ ਗ੍ਰਾਫ ਨੂੰ ਧਿਆਨ ਨਾਲ ਦੇਖ ਕੇ ਉੱਤਰ ਦਿਓ। ਭਾਗੂੜਾ ਮੰਗਲਵਾਰ ਨੂੰ ਕਿੰਨੇ ਬੱਚੇ ਸਰਕਸ ਦੇਖਣ ਆਏ? ਬੱਚਿਓ ਚਿੱਤਰ ਗ੍ਰਾਫ ਵਿੱਚ ਸਰਕਸ ਦੇਖਣ ਆਏ ਬੱਚਿਆਂ ਦੀ ਗਿਣਤੀ ਦੇ ਨਾਲ ਇੱਕ ਪੈਮਾਨਾ ਦਿੱਤਾ ਹੋਇਆ ਹੈ। ਇੱਕ ਜੋਕਰ ਦਾ ਚਿੱਤਰ 25 ਬੱਚੇ। ਚਿੱਤਰ ਗ੍ਰਾਫ ਵਿੱਚ ਮੰਗਲਵਾਰ ਦੇ ਸਾਹਮਣੇ 3 ਜੋਕਰ ਬਣੇ ਹਨ।

बराबर ਹੋਵੇਗਾ 2 25 50 ਬੱਚੇ ਸੋਮਵਾਰ ਵਾਲੇ ਦਿਨ ਸਬਤੋ ਕਟ ਪੰਜਾ ਬੱਚੇ ਸਰਕਸ ਦੇਖਣ ਆਏ ਪਾਗੇੜੀ ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ ਕਿੰਨੇ ਬੱਚਿਆਂ ਨੇ ਸਰਕਸ ਦੇਖੀ ਬੱਚਿਓ ਸੋਮਵਾਰ ਅਤੇ ਬੁੱਧਵਾਰ ਨੂੰ ਜੋਕਰਾਂ ਦੀ ਗਿਣਤੀ ਹੈ 7 7 25 175 ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ 175 ਬੱਚਿਆਂ ਨੇ ਸਰਕਸ ਦੇਖੀ ਹੁਣ ਵਾਰੀ ਏ ਕਰਦੇ ਕੰਮ ਦੀ ਬੱਚਿਓ ਕਰਦੇ ਕੰਮ ਵਿੱਚ ਤੁਸੀਂ ਅਭਿਆਸ ਸ਼ੀਟ 3 ਦੇ ਸਵਾਲ ਨੰਬਰ 24 ਤੋਂ ਸਵਾਲ ਨੰਬਰ 27 ਤੱਕ ਸਾਰੇ ਭਾਗ ਆਪਣੀਆਂ ਕਾਪੀਆਂ ਵਿੱਚ ਹੱਲ ਕਰਨੇ ਹਨ ਪੜਦੇ ਰਹੋ ਵੱਧਦੇ ਰਹੋ ਧੰਨਵਾਦ